ਪਿਛਲੇ ਕੁਝ ਦਿਨਾਂ ਤੋਂ ਗੁਰਦਾਸਪੁਰ ਦੇ ਨਜ਼ਦੀਕ ਡੰਪ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ, ਜਿੱਥੇ ਇੱਕ ਪਾਸੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵੱਲੋਂ ਡੰਪ ਤੇ ਕੂੜਾ ਸੁੱਟਣ ਗਏ ਇੱਕ ਸਫਾਈ ਕਰਮਚਾਰੀ ਨਾਲ ਮਾਰਕੁਟਾਈ ਦੇ ਦੋਸ਼ ਲਗਾਉਂਦੇ ਹੋਏ 2 ਦਿਨਾਂ ਤੋਂ ਸ਼ਹਿਰ ਦੀ ਬਿਜਲੀ ਪਾਣੀ ਬੰਦ ਕਰ ਦਿੱਤੀ ਗਈ ਸੀ ਤੇ ਕੂੜਾ ਚੁੱਕਣਾ ਵੀ ਬੰਦ ਕਰ ਦਿੱਤਾ ਗਿਆ ਸੀ। ਉੱਥੇ ਹੀ ਡਾਕਖਾਨਾ ਚੌਂਕ ਵਿੱਚ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ। ਦੂਜੇ ਪਾਸੇ ਵੱਖ ਵੱਖ ਪਿੰਡਾਂ ਦੇ ਇਕੱਠੇ ਹੋਏ ਲੋਕਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸੰਘਣੀ ਆਬਾਦੀ ਵਿੱਚ ਕੂੜੇ ਦਾ ਡੰਪ ਬਣਾਉਣ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਤੇ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਪਿੰਡ ਜੀਵਨਵਾਲ ਬੱਬਰੀ ਦੇ ਕਿਸਾਨ ਆਗੂ ਰਣਜੀਤ ਸਿੰਘ ਰਾਣਾ ਨੇ ਕਿਹਾ ਹੈ ਕਿ ਜੋ ਉਨ੍ਹਾਂ ਦੇ ਸੰਘਣੀ ਆਬਾਦੀ ਵਾਲੇ ਪਿੰਡ ਅਤੇ 5 ਕਲੋਨੀਆਂ ਦੇ ਨਜ਼ਦੀਕ ਇਹ ਕੂੜੇ ਦਾ ਡੰਪ ਬਣਾਇਆ ਜਾ ਰਿਹਾ ਹੈ, ਇਹ ਸਰਾਸਰ ਗਲਤ ਹੈ, ਇਸ ਨੂੰ ਕਿਸੇ ਵੀ ਕੀਮਤ ਤੇ ਬਣਨ ਨਹੀਂ ਦਿੱਤਾ ਜਾਏਗਾ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਉੱਪਰ ਆਰੋਪ ਲਗਾਏ ਜਾ ਰਹੇ ਨੇ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਰਕਾਰੀ ਮੁਲਾਜ਼ਮ ਦੀ ਮਾਰਕੁਟਾਈ ਕੀਤੀ ਗਈ ਹੈ। ਇਹ ਆਰੋਪ ਗਲਤ ਨੇ ਤੇ ਰਾਜਨੀਤੀ ਤੋਂ ਪ੍ਰੇਰਿਤ ਨੇ। ਜੇਕਰ 10 ਬੰਦਿਆਂ ਨੇ ਮਿਲ ਕੇ ਕਿਸੇ ਇੱਕ ਵਿਅਕਤੀ ਦੇ ਨਾਲ ਮਾਰਕੁਟਾਈ ਕੀਤੀ ਹੁੰਦੀ ਤਾਂ ਕੋਈ ਸੱਟ ਦੇ ਨਿਸ਼ਾਨ ਵੀ ਹੁੰਦੇ। ਪ੍ਰੈਸ ਕਾਨਫਰੰਸ ਦੌਰਾਨ ਪਿੰਡ ਬੱਬਰੀ ਦੇ ਹੀ ਵੱਖ ਵੱਖ ਮੌਤਬਰਾਂ ਨੇ ਜਿਹੜਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕੂੜੇ ਦੇ ਡੰਪ ਨੂੰ ਅਸੀਂ ਆਪਣੇ ਨਜ਼ਦੀਕ ਬਿਲਕੁਲ ਨਹੀਂ ਬਣਨ ਦੇਵਾਂਗੇ। ਪਹਿਲਾਂ ਤੋਂ ਹੀ ਅਸੀਂ ਗੰਦੇ ਨਾਲੇ ਦੇ ਇੱਕ ਬੋਝ ਨੂੰ ਝੱਲ ਰਹੇ ਹਾਂ। ਉਨ੍ਹਾਂ ਕਿਹਾ ਹੈ ਕਿ ਜੇਕਰ ਕੂੜੇ ਦਾ ਡੰਪ ਸਾਡੇ ਪਿੰਡ ਦੇ ਨਜ਼ਦੀਕ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਉਹ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਕੇ ਪੰਜਾਬ ਪੱਧਰ ਦਾ ਧਰਨਾ ਲਾਉਣਗੇ। ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ, ਇਹ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸਾਡੇ ਲਾਗੇ ਕੂੜੇ ਦਾ ਡੰਪ ਲਾਉਣ ਦਾ ਜਿਹੜਾ ਹੈਗਾ ਉਹ ਚੱਲ ਰਿਹਾ ਸੀ, ਪਰ ਇਸ ਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਹ ਜ਼ਮੀਨ ਜਿਹੜੀ ਆ ਮੇਰੇ ਕੋਲ ਲੀਜ਼ ਦੇ ਉੱਤੇ ਆ ਪਹਿਲਾਂ ਤੋਂ, ਉਹ ਜਿਹੜਾ ਮਾਲਕ ਸੀਗਾ ਉਹਨੇ ਇਹਨਾਂ ਨਾਲ ਲੀਜ਼ ਕਰ ਲਈ, ਉਹਦਾ ਹੁਣ ਉਹਦਾ ਵੀ ਕਹਿਣਾ ਵਾ ਵੈਸੇ ਤਾਂ, ਉਹ ਵੀ ਕਹਿੰਦਾ ਵਾ ਵੀ ਇਹ ਪਿੰਡ 'ਚ ਤਾਂ ਇਹ ਗੱਲ ਕਹਿੰਦਾ ਵੀ ਮੈਨੂੰ ਨਹੀਂ ਪਤਾ ਵੀ ਇੱਥੇ ਇਹ ਕੰਮ ਹੋਣਾ, ਅਤੇ ਉਹਨੇ ਲੀਜ਼ ਤਾਂ ਦੇ ਦੀ, ਪਰ ਮੇਰਾ ਆਪਣਾ ਠੇਕਾ ਵੀ ਅਪ੍ਰੈਲ ਮਹੀਨੇ ਤੱਕ ਹੈਗਾ, ਕਿਉਂਕਿ ਫਸਲ ਤੋਂ ਫਸਲ ਦਾ ਹੁੰਦਾ ਸਾਰਾ, 20 ਸਾਲ ਤੋਂ ਹੈਗੀ ਆ, 20 ਸਾਲ ਤੋਂ ਲਗਾਤਾਰ ਹੀ ਮੈਂ ਵਾਹ ਰਿਹਾ। ਇਹਨਾਂ ਸ਼ਨੀਵਾਰ ਜਿੱਦਾਂ ਕੰਮ ਸ਼ੁਰੂ ਕੀਤਾ ਵਾ, ਜਿਹੜਾ ਵਿਪਨ ਵਾ ਉੱਥੇ ਅਕਾਊਂਟੈਂਟ ਉਹ ਉੱਥੇ ਸੀਗਾ ਜਦੋਂ ਕੰਮ ਚਾਲੂ ਹੋਇਆ, ਅਸੀਂ ਉੱਥੇ ਜਾ ਕੇ ਪ੍ਰੋਟੈਸਟ ਕੀਤਾ ਵਾ, ਸਾਰੇ ਬੰਦੇ ਜਿੰਨੇ ਵੀ ਇੱਥੇ ਹੈਗੇ ਆ, ਇਹ ਕੋਈ ਨਵੀਂਪੁਰ ਤੋਂ, ਖੋਖਰਾਂ ਤੋਂ, ਜਾਂ ਜੀਨਵਾਲ ਤੋਂ, ਜਾਂ ਬੱਬਰੀ ਤੋਂ, ਜਾਂ ਉੱਥੇ ਕਲੋਨੀਆਂ ਦੇ ਬੰਦੇ ਜਿਹੜੇ ਆ ਉਹ ਸਾਰੇ ਇਕੱਠੇ ਹੋਏ ਆ। ਅਸੀਂ ਜਾ ਕੇ ਉੱਥੇ ਰੋਕਿਆ ਉਹਨਾਂ ਨੂੰ, ਉਹਨਾਂ ਸਾਡੀ ਗੱਲ ਵੀ ਸੁਣੀ ਆ, ਉਹਨਾਂ ਕਿਹਾ ਵੀ ਤੁਸੀਂ, ਮੈਂ ਕਿਹਾ ਵੀ ਅੱਜ ਸ਼ਨੀਵਾਰ ਆ, ਸਾਨੂੰ ਸੋਮਵਾਰ ਤੱਕ ਦਾ ਟਾਈਮ ਦਿਓ, ਆਪਾਂ ਡੀਸੀ ਸਾਹਿਬ ਕੋਲ ਦਰਿਆਫਤ ਕਰ ਲੈਂਦੇ ਹਾਂ, ਆਪਾਂ ਵੇਖੋ ਆਪਾਂ ਬਕਾਇਦਾ ਐਪਲੀਕੇਸ਼ਨਾਂ ਲਿਖ ਕੇ ਸਾਈਨ ਕਰਾ ਕੇ ਉੱਥੋਂ ਦੇ ਲੋਕਲ ਜਿੰਨੇ ਵੀ ਆਪਣੇ ਹੈਗੇ ਆ ਸਾਰਿਆਂ ਦੇ ਆਪਾਂ ਡੀਸੀ ਸਾਹਿਬ ਦਾ ਤਿਆਰੀ ਕੀਤੀ ਵੀ ਸੋਮਵਾਰ ਮਿਲਣਾ। ਇਹਨਾਂ ਨੇ ਕੀ ਕੀਤਾ ਜੀ ਵੀ ਆਪ ਹੀ ਇਸੇ ਬੰਦੇ ਨੇ ਸਾਨੂੰ ਟਾਈਮ ਦੇ ਦਿੱਤਾ ਵਿਪਨ ਨੇ, ਵੀ ਜਿਹੜਾ ਜਿਹਨੂੰ ਕਹਿੰਦੇ ਵੀ ਕੁੱਟਮਾਰ ਕੀਤੀ ਆ ਨਗਰ ਕੌਂਸਲ ਦਾ ਕਰਮਚਾਰੀ। ਅੱਛਾ ਅਸੀਂ ਉਹਨੂੰ ਆਪਾਂ ਜਾ ਕੇ ਜੀ ਆਪਾਂ ਆ ਗਏ ਵੀ ਐਤਵਾਰ ਆ ਸਵੇਰੇ ਤੇ ਸੋਮਵਾਰ ਆਪਾਂ ਤਿਆਰੀ ਕਰ ਲਈ, ਆਪਾਂ ਸਾਰੇ ਬੰਦਿਆਂ ਨੇ ਵੀ ਜਾਣਾ। ਇਹਨੇ ਰਾਤ ਇਹਨਾਂ ਇਸੇ ਬੰਦੇ ਨੇ 10 ਵਜੇ ਜਾ ਕੇ ਤੇ ਉੱਥੇ ਪਟਾਈ ਸ਼ੁਰੂ ਕਰਾ ਦਿੱਤੀ ਆ, ਜਿਹੜਾ ਕਿ ਕਿਸੇ ਜ਼ਮੀਨ ਦਾ ਕਿਸੇ ਨਾਲ ਕੋਈ ਗੱਲਬਾਤ ਹੀ ਨਹੀਂ ਹੋਈ, ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ। ਦੂਸਰਾ ਜਿਹੜਾ ਇਹ ਗੱਲ ਅਸੀਂ ਚਲੋ ਜਿਹੜਾ ਕੋਈ ਮੋਦਵਾਰ MLA ਹੁੰਦਾ ਵਾ ਉਹ ਸਾਰਿਆਂ ਦਾ ਹੁੰਦਾ ਵਾ, ਉਹਦੀਆਂ ਅਸੀਂ ਕੱਲ੍ਹ ਦੀਆਂ ਸੁਣ ਰਹੇ ਹਾਂ, ਉਹਨੇ ਕਿਹਾ ਵੀ ਇਹ ਸੈਰ ਕਰਨ ਇਹਦੇ ਬੱਚੇ ਦੇ ਕਹਿ ਰਹੇ ਪਾਪਾ ਤੁਸੀਂ ਸੈਰ ਕਰਨ ਗਏਗੇ ਤੇ ਤੁਸੀਂ ਉੱਥੇ ਕਿੱਦਾਂ ਪਹੁੰਚ ਗਏ, ਤੇ ਜੇ ਇਹਨਾਂ ਦੀ ਜੇ ਸੈਰ ਕਰਨ ਗਏ ਤਾਂ ਰਾਤ 10 ਵਜੇ ਉੱਥੇ ਕੀ ਕਰਨ ਗਿਆ। ਦੂਸਰੀ ਗੱਲ ਇਹ ਵੀ ਟੈਂਡਰ ਹੋਏ ਹੁੰਦੇ ਆ ਕੰਮ ਤੇ ਠੇਕੇਦਾਰਾਂ ਦਾ, ਇੰਨੇ ਥੋੜ੍ਹਾ ਕੰਮ ਕਰਨਾ ਜਾ ਕੇ। ਦੂਸਰਾ ਅਸੀਂ ਇਹਨੂੰ ਉੱਥੇ ਕੁਛ ਵੀ ਨਹੀਂ ਕਿਸੇ ਬੰਦੇ ਨੇ ਹੱਥ ਨਹੀਂ ਲਾਇਆ, ਫੜ ਕੇ ਥਾਣੇ ਦੇ ਦਿੱਤਾ। ਉੱਥੇ ਥਾਣੇ ਦੇ ਵਿੱਚ ਮੁੜ ਕੇ ਆਣ ਕੇ ਜੋ ਇਹਨਾਂ ਨੇ ਨਗਰ ਕੌਂਸਲ ਵਾਲਿਆਂ ਨੇ ਕੀਤਾ, ਅਸੀਂ 10 ਬੰਦੇ ਹਾਂ, ਹੱਥੀ ਪੈਣ ਦੀ ਕੋਸ਼ਿਸ਼ ਕੀਤੀ ਜਾਂ ਕੁਛ ਵੀ ਇਹਨਾਂ ਨੇ ਥਾਣੇ ਨੂੰ ਕੈਪਚਰ ਕੀਤਾ, ਉੱਥੇ ਹੁੱਲੜਬਾਜ਼ੀ ਇਹਨਾਂ ਨੇ ਕੀਤੀ ਆ। ਅਸੀਂ ਇਹ ਵੀ ਮੰਗ ਕਰਦੇ ਹਾਂ ਵੀ ਇਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ, ਉੱਥੇ CCTV ਕੈਮਰੇ ਲੱਗੇ ਆ, ਕਢਾ ਕੇ ਵੇਖੋ ਇਹਨਾਂ ਨੇ ਕੀ ਕੀਤਾ,
ਜੇ ਉਹ ਬੰਦੇ ਨੂੰ ਕਹਿੰਦੇ ਮਾਰ ਕਟਾਈ ਕੀਤੀ ਹੈ, ਜੇ ਕੀਤੀ ਹੈ ਤਾਂ ਉਹਦੇ ਕੋਈ ਖਰੋਚ ਵੀ ਨਹੀਂ, ਦਸਾਂ ਬੰਦਿਆਂ ਨੂੰ ਕੁੱਟਿਆ ਹੋਏ ਤੇ ਉਹਦੇ ਇੱਕ ਰਗੜ ਵੀ ਨਹੀਂ ਲੱਗੀ, ਉਹਦਾ ਮੈਡੀਕਲ ਹੋਇਆ ਉਹਦੇ ਇੱਕ ਰਗੜ ਵੀ ਨਹੀਂ ਲੱਗੀ। ਤੇ ਇਹ ਸਾਰਾ ਜਿਹੜਾ ਵਾ ਬਾਕੀ ਅਸੀਂ MLA ਸਾਹਿਬ ਨੂੰ ਵੀ ਇਹ ਗੱਲ ਕਹਿੰਦੇ ਹਾਂ ਵੀ ਤੁਸੀਂ ਚੁਣੇ ਹੋਏ ਨੁਮਾਇੰਦੇ ਜੀ, ਇਹ ਸਾਰੇ ਬੰਦੇ ਜਿਹੜੇ ਆ ਕੋਈ ਪਾਰਟੀ ਵਾਲੀ ਗੱਲ ਨਹੀਂ ਹੁੰਦੀ, ਜਦੋਂ ਕਿਸੇ ਦੇ ਘਰ ਦੇ ਅੱਗੇ ਕੂੜਾ ਲਾਓਗੇ ਉਹਨੇ ਬੋਲਣਾ ਹੀ ਬੋਲਣਾ ਭਾਵੇਂ ਕੋਈ ਵੀ ਹੋਏ। ਧਰਨਾ ਵੇਖੋ ਆਪਣੀ ਇੱਕ ਹੁਣ ਗਲਤੀ ਨੂੰ ਲੁਕਾਉਣ ਮਾਰਿਆ, ਦੂਜਿਆਂ ਦੇ ਬਲੇਮ ਸੁੱਟਣ ਮਾਰਿਆ ਉਹ ਧਰਨਾ ਲਗਾਇਆ ਜਾ ਰਿਹਾ। ਜੇ ਐਡਾ ਵਧੀਆ ਪ੍ਰੋਡਕਟ ਆ ਇਹ ਪ੍ਰੋਡਕਟ ਚੱਲਣਾ ਹੈ ਉੱਥੇ ਆਪਣੇ ਲੈ ਜਾਣ, ਇਹਨਾਂ ਕੋਈ ਕਿਹੜੀ ਜ਼ਮੀਨ ਹੈ ਨਹੀਂ, ਪਾੜੇ ਲੈ ਜਾਣ ਉੱਥੇ ਲਾ ਕੇ ਨਾਲੇ ਖਾਦ ਬਣਾਉਣ ਜੋ ਮਰਜ਼ੀ ਕਰਨ, ਵਧੀਆ ਤਰੀਕੇ ਨਾਲ ਉਹਨੂੰ ਚਲਾਉਣ। ਅਤੇ ਇਸ ਚੀਜ਼ ਨੂੰ ਸਾਡੇ 'ਤੇ ਥੋਪਿਆ ਜਾ ਰਿਹਾ, ਅਸੀਂ ਤਾਂ ਅੱਗੇ ਗੰਦਗੀ 'ਚ ਇੱਥੇ ਡਰੇਨ ਲੰਘਦੀ ਆ ਸਾਡਾ ਪਾਣੀ ਪੀ ਕੇ ਵੇਖ ਲਓ ਉੱਥੇ, ਇਹਨੂੰ ਪੋਲੀਟੀਕਲੀ ਰੰਗਤ ਇਹਨਾਂ ਨੇ ਦੇ ਦਿੱਤੀ, ਯਾਨੀ ਕਿ ਪੋਲੀਟੀਕਲੀ ਹੈ ਮਸਲਾ ਨਹੀਂ ਹੈਗਾ, ਪਰ ਇਹਨੂੰ ਇੰਨਾ ਪੋਲੀਟੀਕਲੀ ਬਣਾ ਦਿੱਤਾ ਗਿਆ ਵਾ ਵੀ ਸਾਰਾ ਬਲੇਮ ਜਿਹੜਾ ਪਾਰਟੀਬਾਜ਼ੀ ਦਾ ਬਣਾ ਦਿੱਤਾ। ਪਾਰਟੀਬਾਜ਼ੀ ਵਾਲੀ ਕੋਈ ਗੱਲ ਨਹੀਂ, ਤੁਸੀਂ ਚੁਣੇ ਹੋਏ ਨੁਮਾਇੰਦੇ ਜੀ, ਇਹ ਸਾਰੇ ਬੰਦੇ ਜਿਹੜੇ ਆ ਕੋਈ ਪਾਰਟੀ ਵਾਲੀ ਗੱਲ ਨਹੀਂ ਹੁੰਦੀ, ਜਦੋਂ ਕਿਸੇ ਦੇ ਘਰ ਦੇ ਅੱਗੇ ਕੂੜਾ ਲਾਓਗੇ ਉਹਨੇ ਬੋਲਣਾ ਹੀ ਬੋਲਣਾ ਭਾਵੇਂ ਕੋਈ ਵੀ ਹੋਏ। ਧਰਨਾ ਵੇਖੋ ਆਪਣੀ ਇੱਕ ਹੁਣ ਗਲਤੀ ਨੂੰ ਲੁਕਾਉਣ ਮਾਰਿਆ, ਦੂਜਿਆਂ ਦੇ ਬਲੇਮ ਸੁੱਟਣ ਮਾਰਿਆ ਉਹ ਧਰਨਾ ਲਗਾਇਆ ਜਾ ਰਿਹਾ। ਜੇ ਐਡਾ ਵਧੀਆ ਪ੍ਰੋਡਕਟ ਆ ਇਹ ਪ੍ਰੋਡਕਟ ਚੱਲਣਾ ਹੈ ਉੱਥੇ ਆਪਣੇ ਲੈ ਜਾਣ, ਇਹਨਾਂ ਕੋਈ ਕਿਹੜੀ ਜ਼ਮੀਨ ਹੈ ਨਹੀਂ, ਪਾੜੇ ਲੈ ਜਾਣ ਉੱਥੇ ਲਾ ਕੇ ਨਾਲੇ ਖਾਦ ਬਣਾਉਣ ਜੋ ਮਰਜ਼ੀ ਕਰਨ, ਵਧੀਆ ਤਰੀਕੇ ਨਾਲ ਉਹਨੂੰ ਚਲਾਉਣ। ਅਤੇ ਇਸ ਚੀਜ਼ ਨੂੰ ਸਾਡੇ 'ਤੇ ਥੋਪਿਆ ਜਾ ਰਿਹਾ, ਅਸੀਂ ਤਾਂ ਅੱਗੇ ਗੰਦਗੀ 'ਚ ਇੱਥੇ ਡਰੇਨ ਲੰਘਦੀ ਆ ਸਾਡਾ ਪਾਣੀ ਪੀ ਕੇ ਵੇਖ ਲਓ ਉੱਥੇ, ਇਹਨੂੰ ਪੋਲੀਟੀਕਲੀ ਰੰਗਤ ਇਹਨਾਂ ਨੇ ਦੇ ਦਿੱਤੀ, ਯਾਨੀ ਕਿ ਪੋਲੀਟੀਕਲੀ ਹੈ ਮਸਲਾ ਨਹੀਂ ਹੈਗਾ, ਪਰ ਇਹਨੂੰ ਇੰਨਾ ਪੋਲੀਟੀਕਲੀ ਬਣਾ ਦਿੱਤਾ ਗਿਆ ਵਾ ਵੀ ਸਾਰਾ ਬਲੇਮ ਜਿਹੜਾ ਪਾਰਟੀਬਾਜ਼ੀ ਦਾ ਬਣਾ ਦਿੱਤਾ। ਪਾਰਟੀਬਾਜ਼ੀ ਵਾਲੀ ਕੋਈ ਗੱਲ ਨਹੀਂ, ਸਾਨੂੰ ਤਕਲੀਫ ਆ ਆਪਾਂ ਬੋਲਾਂਗੇ ਪਾਣੀ ਦਾ ਸਾਡੇ, ਤੁਸੀਂ ਅਸੀਂ ਵੇਖਣ ਡਿਆ ਥੱਲੇ ਉਹ ਮਾਨ ਚੋਪੜੇ ਤੋਂ ਫੋਨ ਆਉਣ ਡਿਆ ਜਿੱਥੇ ਪਹਿਲਾਂ ਲੱਗਾ ਸੀ। ਨਾਮ ਦਿਨੇਸ਼ ਸ਼ਰਮਾ ਜੀ, ਦਿਨੇਸ਼ ਪ੍ਰੈਸ਼ਰ ਕਿਹਾ ਜਾਂਦਾ ਹੈ, ਸਾਡੀ ਉੱਥੇ ਜਥੇਰਿਆਂ ਦੀ ਮੇਲ ਲੱਗਦੀ ਹੈ ਉਹਦੇ ਬਿਲਕੁਲ ਨਾਲ ਹੀ, ਜੋ ਕਿ ਮੈਨੂੰ ਅੱਜ ਸਵੇਰੇ ਹੀ ਪਤਾ ਚੱਲਿਆ ਕਿ 40 ਤੋਂ 50 ਮੀਟਰ ਦੇ ਗੈਪ 'ਤੇ ਹੀ ਜਿਹੜਾ ਵਾ ਉਹ ਸਾਡੀ ਡੇੜੀ ਹੈ ਜਿੱਥੇ ਅਸੀਂ ਆਪਣੇ ਜਾ ਕੇ ਪੂਜਾ ਕਰਨੇ ਹਾਂ। ਇਹਨਾਂ ਨੇ ਇੱਕ ਜੋ ਵੀ ਸਾਨੂੰ ਮੈਸੇਜ ਮਿਲਿਆ ਕਿ ਸਾਲ 'ਚ ਇੱਕ ਵਾਰੀ ਉੱਥੇ ਪ੍ਰੋਗਰਾਮ ਹੁੰਦਾ ਜੀ, ਸਾਲ 'ਚ ਇੱਕ ਵਾਰੀ ਜਿੰਨੇ ਵੀ ਹਿੰਦੂ ਆਪਣੇ ਭਰਾ ਉਹਨਾਂ ਸਭ ਨੂੰ ਪਤਾ ਹੈ ਕਿ ਆਪਣੀ ਡੇਰੀਆਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਉਹ ਸਾਲ 'ਚ ਮੇਲਾ ਇੱਕ ਵਾਰੀ ਲੱਗਦਾ, ਪਰ ਘਰ ਦੇ ਵਿੱਚ ਜਦੋਂ ਵੀ ਕੋਈ ਸ਼ੁਭ ਕਾਰਜ ਹੁੰਦਾ ਉੱਥੇ ਮੱਥਾ ਟੇਕ ਕੇ ਹੀ ਅੱਗੇ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਉੱਥੇ ਉਹ ਸਭ ਜਾਂਦੇ ਹੈ। ਪ੍ਰਸ਼ਾਸਨ ਨੇ ਜੇ ਜਗ੍ਹਾ ਲਈ ਹੈ ਉਹਨੂੰ ਸਾਰਾ ਦੇਖਣਾ ਚਾਹੀਦਾ, ਸਾਡੀ ਰਿਕੁਐਸਟ ਪ੍ਰਸ਼ਾਸਨ ਦੇ ਅੱਗੇ ਹੈ, ਡੀ ਸੀ ਸਾਹਿਬ ਦੇ ਅੱਗੇ ਹੈ ਕਿ ਇਸ ਚੀਜ਼ ਨੂੰ ਧਿਆਨ ਵਿੱਚ ਲਿਆਂਦਾ ਜਾਏ ਕਿ ਉੱਥੇ ਪ੍ਰੈਸ਼ਰ ਬ੍ਰਾਹਮਣਾਂ ਦੀ ਮੇਲ ਲੱਗਦੀ ਹੈ, ਉੱਥੇ ਸਭ ਪਰਿਵਾਰ ਚੰਗੇ ਪਰਿਵਾਰ ਪਹੁੰਚਦੇ ਹੈ, ਬੱਚਿਆਂ ਸਮੇਤ ਪਹੁੰਚਦੇ ਹੈ, ਘਰ ਦੇ ਵਿੱਚ ਕੁਛ ਖੁਸ਼ੀ ਗਮ ਕੋਈ ਪ੍ਰੋਗਰਾਮ ਹੋਏ ਉੱਥੇ ਜਾਣਾ ਪੈਂਦਾ। ਮੰਨ ਲਓ ਪ੍ਰੈਗਨੈਂਟ ਜਨਾਨੀ ਹੈ ਉਹਨੂੰ ਵੀ ਉੱਥੇ ਮੱਥਾ ਟਿਕਾਉਣ ਲੈ ਕੇ ਜਾਂਦੇ ਹਾਂ, ਪਰ ਜੋ ਮਾਹੌਲ ਉੱਥੇ ਬਣ ਰਿਹਾ ਵਾ ਜੋ ਸੈਟਿੰਗ ਉੱਥੇ ਹੋ ਰਹੀ ਹੈ ਉਹ ਸੁਣ ਕੇ ਥੋੜ੍ਹਾ ਦੁੱਖ ਲੱਗਾ, ਜਿਹਦੇ ਕਰਕੇ ਸਾਨੂੰ ਉੱਥੇ ਆ ਕੇ ਆਪਣਾ ਇਹ ਵਿਚਾਰ ਦੱਸਣੇ ਪਏ ਕਿ ਇਹ ਇੱਥੋਂ ਸ਼ਿਫਟ ਕੀਤਾ ਜਾਏ ਕਿਤੇ ਹੋਰ ਲਗਾਇਆ ਜਾਏ, ਜੇ ਕਦੇ ਸ਼ਰਾਬ ਦਾ ਠੇਕਾ ਖੋਲ੍ਹਣਾ ਹੋਏ ਕੁਛ ਵੀ ਕਰਨਾ ਹੋਏ ਤਾਂ ਕਹਿੰਦੇ ਇੰਨੀ ਦੂਰੀ ਦੇ ਵਿੱਚ ਇਹ ਚੀਜ਼ਾਂ ਨੂੰ ਦੇਖਣਾ ਚਾਹੀਦਾ। ਉਹ ਸਾਡੀ ਇੱਕ ਧਾਰਮਿਕ ਆਸਥਾ ਭਾਵਨਾ ਵਾ ਜਿਹਨੂੰ ਠੇਸ ਪਹੁੰਚ ਰਹੀ ਹੈ, ਅਸੀਂ ਇਹ ਚੀਜ਼ ਦਾ ਰਿਕੁਐਸਟ ਕਰ ਰਹੇ ਹਾਂ ਕਿ ਇਹਨੂੰ ਜਿਹੜਾ ਦੇਖ ਕੇ ਅਤੇ ਕਿਤੇ ਹੋਰ ਸ਼ਿਫਟ ਕੀਤਾ ਜਾਏ। ਸਰਕਾਰਾਂ ਕੋਲ ਬੜੇ ਪ੍ਰੋਜੈਕਟ ਆ, ਕੰਮ ਦਾ ਕੰਮ ਨਾਲ ਪੈ ਜਾ ਕੇ ਬੰਦ ਕਰ ਦਿੱਤਾ ਗਿਆ ਆ, ਮਸਲਾ ਹੁੰਦਾ ਜਿਹੜਾ ਅੱਜ ਧਰਨਾ ਲਗਾਇਆ ਗਿਆ ਉਹਨਾਂ ਨਾਲ ਇਹ ਹੈ ਕਿ ਉਹ ਜਿਹੜੀ ਅਧਿਕਾਰੀ ਨਾਲ ਕੁੱਟਮਾਰ ਕੀਤੀ ਆ ਉਹਨਾਂ ਬੰਦੇ ਦੇ ਖਿਲਾਫ ਲਿਫਾਫਿਆਂ ਦਾ ਇਹਨਾਂ ਨੇ ਲਿਆਂਦਾ ਸੀਗਾ, ਉਦੋਂ ਵੀ ਅਸੀਂ ਇੱਕ ਇਹਨਾਂ ਨੂੰ ਅਰਜ਼ੀ ਬੇਨਤੀ ਕੀਤੀ ਸੀਗੀ ਲਿਫਾਫਿਆਂ ਦੀ ਪ੍ਰੋਡਕਸ਼ਨ ਪਿੱਛੋਂ ਬੰਦ ਹੋਏ, ਜਦੋਂ ਪਿੱਛੋਂ ਪ੍ਰੋਡਕਸ਼ਨ ਫੈਕਟਰੀਆਂ ਬੰਦ ਹੋਣਗੀਆਂ ਮਾਰਕੀਟ ਚੀਜ਼ ਆਏਗੀ ਨਹੀਂ ਤੇ ਅੱਗੇ ਮਿਲੇਗੀ ਨਹੀਂ, ਪਰ ਇਹਨਾਂ ਨੇ ਉਸ 'ਤੇ ਕੋਈ ਐਕਸ਼ਨ ਨਹੀਂ ਲਿਆ।
ਇਹਨਾਂ ਨੇ ਉਦੋਂ ਵੀ ਜਿਹੜਾ ਵਾ ਇਹੀ ਇੱਕ ਡੰਪ ਦਾ ਹੀ ਲੈ ਕੇ ਚੱਲਿਆ ਤੇ ਕਾਫੀ ਪਿੱਛੇ ਤਿਉਹਾਰ ਗਏ ਤੁਹਾਡੇ ਜਨਮ ਅਸ਼ਟਮੀ ਉਦੋਂ ਕੂੜੇ ਸਾਰੇ ਘਰਾਂ ਦੇ ਵਿੱਚ ਕਿਤੋਂ ਚੁੱਕੇ ਨਹੀਂ ਗਏ ਹੈਗੇ। ਇਸ਼ੂ ਬਣੇ ਦਾ ਵਾ ਅੱਜ ਤੋਂ ਜੇ 15-20 ਸਾਲ ਪਹਿਲਾਂ ਜਿੱਥੇ ਡੰਪ ਪਹਿਲਾਂ ਹੋ ਰਿਹਾ ਸੀਗਾ ਉਹ ਵੀ ਕਿਉਂ ਉੱਥੇ ਚੁਕੋਇਆ ਵੀ ਇਹਨਾਂ ਨੂੰ ਪਤਾ ਹੈਗਾ ਜਿਹੜੀ ਕੁੱਟਮਾਰ ਹੋਈ ਹੈ ਉਹਦੀ ਸੱਚਾਈ ਉਹ ਹੁਣ ਉਹ ਆਪ ਹੀ ਜਾਣਦੇ ਆ ਕਿ ਕਿਸ ਜਿਸ ਤਰ੍ਹਾਂ ਉਹ ਭਾਈ ਸਾਹਿਬ ਨੇ ਦੱਸਿਆ ਕਿ ਉਹਨਾਂ ਦਾ ਜੇ ਮੈਡੀਕਲ ਹੋਇਆ ਵਾ ਤੇ ਉਹਨਾਂ ਨੂੰ ਕੋਈ ਫਰੋਜ ਜਾਂ ਕਿਸੇ ਤਰ੍ਹਾਂ ਸੱਟ ਕੋਈ ਪੱਟੀ ਜਾਂ ਐਡਮਿਟ ਹੋਏ ਕੁਛ ਹੋਇਆ ਇਸ ਤਰ੍ਹਾਂ ਦਾ ਕੋਈ ਦੇਖਿਆ 10-15 ਬੰਦੇ ਜੇ ਕਿਸੇ ਨੂੰ ਕੁੱਟਮਾਰ ਕਰਦੇ ਹੋਣ ਤੇ ਉਹ ਬੰਦਾ ਚੰਗਾ ਭਾਲਾ ਬੈਠਾ ਹੋਏ ਤੇ ਉਹ ਵੀ ਇੱਕ ਨਹੀਂ ਪਛਾਣ ਯੋਗ ਗੱਲ ਨਹੀਂ ਹੈਗੀ ਹੈ।